ਬੀਤੇ ਦਿਨ ਜੰਡਿਆਲਾ ਗੁਰੂ ਦੇ HB ਸਿੰਘ ਗਨ ਹਾਊਸ ਦੀ ਕੰਧ ਪਾੜ ਕੇ ਚੋਰ ਹਥਿਆਰ ਚੋਰੀ ਕਰਕੇ ਲੈ ਗਏ ਸਨ। ਇਸ ਵਾਰਦਾਤ ਤੋਂ ਬਾਅਦ SPD ਹਰਪਾਲ ਸਿੰਘ ਫੋਰੈਂਸਿਕ ਟੀਮ ਨਾਲ ਮੌਕੇ ਤੇ ਪਹੁੰਚੇ। ਇਸ ਮੌਕੇ ਉਹਨਾਂ ਕਿਹਾ ਕਿ ਫੋਰੈਂਸਿਕ ਟੀਮ ਨੇ ਫਿੰਗਰਪ੍ਰਿੰਟ ਲੈ ਲਏ ਹਨ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜੰਡਿਆਲਾ ਕਸਬੇ ਦੇ ਵਿੱਚ SP ਗਨ ਹਾਊਸ ਹੈ, ਜਿੱਥੇ ਅੱਜ ਸ਼ਾਮ ਨੂੰ ਕਿਸੇ ਨੇ ਦੱਸਿਆ ਕਿ ਉੱਥੇ ਬਾਹਰ ਰਾਈਫਲਾਂ ਖਿਲਰੀਆਂ ਹੋਈਆਂ ਪਈਆਂ। ਜੋ ਚੈੱਕ ਕੀਤਾ ਵਾ SP ਗਨ ਹਾਊਸ ਦੇ ਜਿਹੜੀ ਸਾਈਡ ਵਾਲੀ ਖਾਲੀ ਜਗ੍ਹਾ ਜਿਹੜੀ ਆ SP ਗਨ ਹਾਊਸ, ਇਹਦੀ ਜਿਹੜੀ ਸਾਈਡ ਵਾਲੀ ਜਿਹੜੀ ਜਗ੍ਹਾ ਵਾ ਉਹਦੇ ਸਾਈਡ ਦੀ ਪਾੜ ਲਾ ਕੇ ਦੁਕਾਨ ਦੇ ਅੰਦਰ ਜਾ ਕੇ ਦੁਕਾਨ ਦਾ ਜਿਹੜਾ ਸਟਰੋਂਗ ਰੂਮ ਦਾ ਫਰੰਟ ਵਾਲਾ ਰਸਤਾ ਉੱਥੋਂ ਦੀ ਪਾੜ ਲਾ ਕੇ ਕੁਝ ਵੈਪਨ ਜਿਹੜੇ ਆ ਉਹ ਚੋਰ ਲੈ ਕੇ ਗਏ, ਜਿਹਦੇ ਸੰਬੰਧ ਦੇ ਵਿੱਚ ਸਾਡੀ ਟੀਮ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੀ ਹੈ। ਮੌਕੇ ਤੋਂ ਫਿੰਗਰਪ੍ਰਿੰਟ ਅਤੇ ਹੋਰ ਜਿਹੜੇ ਲਏ ਜਾ ਰਹੇ ਨੇ, ਔਰ ਜਿਹੜਾ ਮਾਲਕ ਉਹਨੇ ਆਪਣਾ ਰਿਕਾਰਡ ਚੈੱਕ ਕਰਿਆ ਵਾ ਕਿ ਕਿੰਨੇ ਵੈਪਨ ਵਿੱਚੋਂ ਮਿਸ ਹੋਇਆ ਕਿੰਨੇ, ਜਿਸ ਬੰਦੇ ਤੁਹਾਨੂੰ ਬਾਅਦ 'ਚ ਅਸੀਂ ਰਿਪੋਰਟ ਦੇ। ਸਰ ਪ੍ਰਤੀਸ਼ 'ਚ ਜ਼ਿਆਦਾ ਇਹੋ ਲੱਗਦਾ ਕਿ ਜਿਹੜੇ ਰਾਈਫਲਸ ਨਹੀਂ, ਜ਼ਿਆਦਾ ਸ਼ੋਰਟ ਵੈਪਨ ਜਿਹੜੇ ਉਹ ਗਏ ਨੇ, ਬਾਕੀ ਚੈੱਕ ਕਰਨ ਤੋਂ ਬਾਅਦ ਸਾਰੀ ਰਿਪੋਰਟ। ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ, ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ, ਇਸ ਬਾਰੇ ਅਸੀਂ ਕੁਛ ਨਹੀਂ ਕਰਨਾ। ਇਸ ਤਰੀਕੇ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਸ਼ੋਰਟ ਵੈਪਨ ਹੈ, ਜਿੰਨਾ ਚਿਰ ਰਿਕਾਰਡ ਚੈੱਕ ਕਰਕੇ ਫਿਰ ਹੀ ਪਤਾ ਲੱਗੂਗਾ ਕਿਉਂਕਿ ਉਹਦੇ ਥੋੜ੍ਹੇ ਡੱਬੇ ਖਾਲੀ ਮਿਲੇ। ਇਸ ਤਰ੍ਹਾਂ ਦਾ ਧਿਆਨ ਕੀਤਾ ਜਾ ਰਿਹਾ, ਬਾਕੀ ਇਨਵੈਸਟੀਗੇਸ਼ਨ ਦੇ ਅੱਗੇ ਕਿਸ ਤਰ੍ਹਾਂ ਨੂੰ ਜਾਂਦੀ ਹੈ, ਕੀ ਹੁੰਦਾ ਸਾਰਾ, DVR ਚੈੱਕ ਕਰਦੇ ਹਾਂ, ਕੈਮਰੇ ਵਗੈਰਾ ਸਾਰੇ ਚੈੱਕ ਕਰਕੇ। ਇਸ ਮੌਕੇ DSP ਜੰਡਿਆਲਾ ਗੁਰੂ ਗੁਰਿੰਦਰਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਗਨ ਹਾਊਸ ਦੇ ਮਾਲਕ ਵੱਲੋਂ ਰਿਕਾਰਡ ਚੈੱਕ ਕਰਨ ਉਪਰੰਤ ਪੁਲਿਸ ਨੂੰ ਦਿੱਤੀ ਗਈ ਸੂਚਨਾ ਅਨੁਸਾਰ ਉਹਨਾਂ ਦੇ ਗਨ ਹਾਊਸ ਤੋਂ ਕੁੱਲ 67 ਹਥਿਆਰ ਚੋਰੀ ਹੋਏ ਹਨ, ਜਿਨ੍ਹਾਂ ਵਿੱਚ 53 ਰਿਵਾਲਵਰ ਅਤੇ 14 ਪਿਸਤੌਲ ਹਨ, ਜਦਕਿ 1391 ਰੌਂਦ ਵੀ ਚੋਰੀ ਹੋਏ ਹਨ। ਬਾਕੀ ਫਰਦਰ ਇਨਵੈਸਟੀਗੇਸ਼ਨ ਚੱਲ ਪਈ।